ਸੰਗਰੂਰ ਜੀ 'ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ। ਅਤੇ ਹੁਣ 2 ਸਾਲਾਂ ਮਾਸੂਮ ਬੱਚੇ ਫਤਿਹਵੀਰ ਦੀ ਜਾਣਕਾਰੀ ਤੁਹਾਨੂੰ ਅਸੀਂ ਪੂਰੀ ਦੇਵਾਂਗੇ। ਸਵੇਰ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਮਾਸੂਮ ਬੱਚਾ ਕੱਲ੍ਹ ਦੁਪਹਿਰ ਦੇ ਸਮੇਂ ਬੋਰਵੈਲ 200 ਫਿੱਟ ਬੋਰਵੈਲ ਦੇ ਵਿੱਚ ਹੈਗਾ ਜਿਹੜਾ ਗਿਰ ਗਿਆ ਸੀਗਾ, ਜਿਸ ਤੋਂ ਬਾਅਦ ਜਿਹੜਾ ਰੈਸਕਿਊ ਓਪਰੇਸ਼ਨ ਲਗਾਤਾਰ ਚੱਲ ਰਿਹਾ। ਤੁਸੀਂ ਸਾਫ਼ ਤਸਵੀਰਾਂ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਇਸ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈਗਾ। ਉੱਥੇ ਹੀ ਦੇਖਣ ਵਾਲੀ ਗੱਲ ਇਹ ਹੈਗੀ ਕਿ ਅੱਜ ਦੀ ਜੇਕਰ ਅਪਡੇਟ ਦਈਏ ਤਾਂ ਸ਼ਾਮ ਨੂੰ 6 ਵਜੇ ਦੇ ਕਰੀਬ ਜਿਹੜਾ ਫਤਿਹਵੀਰ ਹੈਗਾ ਉਸਦੇ ਥੋੜ੍ਹੇ ਜਿਹੇ ਹੱਥ ਹਿੱਲੇ ਸੀਗੇ ਅਤੇ ਉਸਦੀ ਹਲਚਲ ਦੇਖਣ ਨੂੰ ਮਿਲੀ ਹੈਗੀ ਕੈਮਰੇ ਦੇ ਵਿੱਚ। ਤਾਂ ਕਿਤੇ ਨਾ ਕਿਤੇ ਮੈਡੀਕਲ ਟੀਮ ਨੇ ਇਹ ਸਾਫ਼ ਕਿਹਾ ਹੈਗਾ ਕਿ ਉਮੀਦ ਦੀ ਕਿਰਨ ਹਜੇ ਵੀ ਹੈਗਾ। ਫਤਿਹਵੀਰ ਹੈ ਜਿਹੜਾ ਉਹ ਬੇਹੋਸ਼ ਜ਼ਰੂਰ ਹੋਏਗਾ, ਲੇਕਿਨ ਉਸਦੀ ਜਿਹੜੀ ਹੱਥਾਂ ਦੀ ਹਲਚਲ ਹੈਗੀ ਉਸ ਤੋਂ ਸਾਫ਼ ਪਤਾ ਲੱਗ ਰਿਹਾ ਕਿ ਉਹ ਤੰਦਰੁਸਤ ਹੈ ਅਤੇ ਠੀਕ ਹੈ, ਨੋਰਮਲ ਹੈ। ਬਾਕੀ ਉਹਨਾਂ ਨੇ ਹਰ ਤਰੀਕੇ ਦਾ ਇੰਤਜ਼ਾਮ ਹੈ ਜਿਹੜਾ ਉੱਥੇ ਕੀਤਾ ਹੋਇਆ ਤਾਂ ਕਿ ਬੱਚੇ ਨੂੰ ਕੱਢਣ ਤੋਂ ਬਾਅਦ ਤੁਰੰਤ ਜਿਹੜੀ ਫਸਟ ਏਡ ਹੈ ਜਿਹੜੀ ਉੱਥੇ ਮੁਹੱਈਆ ਕੀਤੀ ਜਾਵੇ। ਇਸ ਤੋਂ ਇਲਾਵਾ ਤੁਸੀਂ ਸਾਫ਼ ਦੇਖ ਰਹੇ ਹੋ ਕਿ ਰਾਹਤ ਕੰਮ ਹੈ ਜਿਹੜਾ ਉਹ ਲਗਾਤਾਰ ਜਾਰੀ ਹੀ ਹੈਗਾ, ਚੱਲ ਰਿਹਾ ਹੈਗਾ। ਪਰ ਜੇ ਦੇਖਿਆ ਜਾਵੇ ਕਿ ਕਦੋਂ ਤੱਕ ਫਤਿਹਵੀਰ ਨੂੰ ਹੈ ਜਿਹੜਾ ਕੱਢ ਲਿਆ ਜਾਏਗਾ ਇਹ ਇੱਕ ਕਹਿਣਾ ਬੜਾ ਮੁਸ਼ਕਿਲ ਹੈ। ਪਰ ਹੁਣ ਤੱਕ ਜਿਹੜੀ ਅਸੀਂ ਮਿਲਟਰੀ ਦੇ ਮੁਖੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਪੈਰਲਲ ਉਹਦੇ ਨਾਲ ਹੀ ਇੱਕ ਹੋਰ ਬੋਰ ਕਰ ਰਹੇ ਹਾਂਗੇ ਅਤੇ ਜੇਕਰ ਸਾਡਾ ਇਹ ਪਲਾਨ ਕਾਮਯਾਬ ਹੋ ਜਾਂਦਾ ਤਾਂ ਰਾਤ ਨੂੰ ਫਤਿਹਵੀਰ ਨੂੰ ਕੱਢ ਲਿਆ ਜਾਵੇਗਾ। ਪਰ ਜੇਕਰ ਇਸ ਦੇ ਵਿੱਚ ਵੀ ਸਾਨੂੰ ਸਮਾਂ ਜ਼ਿਆਦਾ ਲੱਗਿਆ ਤਾਂ ਸਵੇਰ ਤੱਕ ਸੰਭਾਵਨਾ ਹੈਗੀ ਹੈ ਕਿ ਫਤਿਹਵੀਰ ਨੂੰ ਹੈ ਜਿਹੜਾ ਸਵੇਰ ਤੱਕ ਕੱਢਣ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈਗੀ। ਤਾਂ ਕਿਤੇ ਨਾ ਕਿਤੇ ਇਹ ਇੱਕ ਜ਼ਰੂਰ ਬਣਿਆ ਹੋਇਆ ਹੈਗਾ ਕਿ ਫਤਿਹਵੀਰ ਕਦੋਂ ਤੱਕ ਹੈ ਜਿਹੜਾ ਬਾਹਰ ਨਿਕਲ ਸਕੂਗਾ। ਉੱਥੇ ਮਾਤਾ ਪਿਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਤਾ ਪਿਤਾ ਬਹੁਤ ਮਾਯੂਸ ਨੇ, ਹਤਾਸ਼ ਨੇਗੇ, ਕਿਉਂਕਿ 6 ਸਾਲ ਬਾਅਦ ਉਹਨਾਂ ਦਾ ਬੱਚਾ ਹੋਇਆ ਸੀਗਾ ਅਤੇ ਪੁੱਤਰ ਦੀ ਦਾਤ ਰੱਬ ਨੇ ਦਿੱਤੀ ਸੀਗੀ। ਪਰ ਹੁਣ ਇਸ ਮੁਸੀਬਤ ਦੇ ਵਿੱਚ ਪੁੱਤਰ ਹੈਗਾ ਤਾਂ ਮਾਤਾ ਪਿਤਾ ਨੂੰ ਬੜੀ ਹੀ ਦੁੱਖ ਹੈ ਜਿਹੜਾ ਦੇਖਣਾ ਪੈ ਰਿਹਾ ਹੈਗਾ। ਉੱਥੇ ਹੀ 10 ਜੂਨ ਨੂੰ ਫਤਿਹਵੀਰ ਦਾ ਜਨਮ ਦਿਨ ਹੈ। ਸੋ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਵੀ ਇਹ ਸੋਗ ਦੀ ਲਹਿਰ ਦੌੜੀ ਹੋਈ ਹੈਗੀ ਅਤੇ ਰਾਤੋ ਰਾਤ ਜਿਹੜਾ ਲਗਾਤਾਰ ਕੰਮ ਚੱਲ ਰਿਹਾ ਹੈਗਾ ਤਾਂ ਕਿ ਫਤਿਹਵੀਰ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ। ਉੱਥੇ ਪਿੰਡ ਦੇ ਵਿੱਚ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਫਤਿਹਵੀਰ ਸੁਰੱਖਿਅਤ ਰਹੇ, ਸਲਾਮਤ ਰਹੇ ਅਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ। ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ NDRF ਦੀ ਟੀਮ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈਗੀ, ਫੌਜ ਵੀ ਪਹੁੰਚੀ ਹੋਈ ਹੈਗੀ, ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ। ਉੱਥੇ ਹੀ ਬਾਕੀ ਸੋਸ਼ਲ ਤੌਰ 'ਤੇ ਵੀ ਕਈ ਇੱਥੇ ਜਿਹੜੇ ਸੋਸ਼ਲਿਸਟ ਪਹੁੰਚੇ ਹੋਏ ਨੇ ਕਿ ਬੱਚੇ ਨੂੰ ਕੱਢਣ ਦੇ ਲਈ ਪੂਰੀ ਮਦਦ ਕਰ ਰਹੇ ਨੇ। ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ 40 ਫੁੱਟ ਬੋਰ ਦੀ ਪਾਈਪ ਨੂੰ ਪੱਟਿਆ ਗਿਆ ਹੈਗਾ ਅਤੇ ਆਸ਼ੰਕਾ ਇਹ ਦਿਖਾਈ ਜਾ ਰਹੀ ਹੈ ਕਿ ਜਲਦੀ ਹੈ ਜਿਹੜਾ ਫਤਿਹਵੀਰ ਨੂੰ ਕੱਢ ਲਿਆ ਜਾਏਗਾ। ਹਾਲਤ ਠੀਕ ਹੈਗੀ ਪਰ ਕਿਤੇ ਨਾ ਕਿਤੇ ਮਾਤਾ ਪਿਤਾ ਨੂੰ ਹਜੇ ਵੀ ਆਪਣੇ ਬੱਚੇ ਨੂੰ ਲੈ ਕੇ ਕਾਫੀ ਚਿੰਤਾ ਹੈਗੀ ਹੈਗੀ। ਤੁਸੀਂ ਸਾਫ਼ ਤਸਵੀਰਾਂ ਦੇਖ ਰਹੇ ਹੋ ਕਿ DC ਸੰਗਰੂਰ ਅਤੇ SSP ਸੰਗਰੂਰ ਮੌਕੇ 'ਤੇ ਉੱਥੇ ਮੌਜੂਦ ਨੇ। ਤਸਵੀਰਾਂ ਦੇ ਵਿੱਚ ਤੁਸੀਂ ਵੇਖਿਆ ਹੈਗਾ ਕਿ ਲਗਾਤਾਰ ਉੱਥੇ ਰਾਤ ਨੂੰ ਵੀ ਜਿਹੜਾ ਪ੍ਰਸ਼ਾਸਨ ਉੱਥੇ ਬੈਠਿਆ ਹੋਇਆ ਹੈਗਾ। ਇੱਕ ਵਾਰ ਫਿਰ ਤੁਹਾਨੂੰ ਤਸਵੀਰ ਵਿਖਾ ਦਈਏ ਜਿੱਥੇ ਕਿ DC ਸੰਗਰੂਰ ਘਨਸ਼ਾਮ ਥੋਰੀ, SSP ਸੰਗਰੂਰ ਇੱਥੇ ਬੈਠੇ ਨੇਗੇ ਅਤੇ ਲਗਾਤਾਰ ਬੱਚੇ 'ਤੇ ਨਿਗਾਹ ਬਣਾਈ ਹੋਏ ਨੇਗੇ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਹੈ ਜਿਹੜੀ ਉਹ ਨਾ ਹੋਵੇ ਅਤੇ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਵੇਖਣ ਨੂੰ ਵੀ ਨਹੀਂ ਮਿਲ ਰਹੀ। ਹਰ ਤਰੀਕੇ ਦੇ ਸੰਭਵ ਕੰਮ ਜਿਹੜੇ ਨੇ ਕੀਤੇ ਜਾ ਰਹੇ ਨੇਗੇ। ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਪੋਲੀਟੀਕਲ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਹਰਪਾਲ ਚੀਮਾ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਔਰ ਲੌਂਗੋਵਾਲ ਵੀ ਇੱਥੇ ਪਹੁੰਚੇ
ਅਤੇ ਉਹਨਾਂ ਨੇ ਵੀ ਕਿਹਾ ਕਿ ਪੂਰੀ ਤਰ੍ਹਾਂ ਬੱਚੇ ਦੇ ਨਾਲ ਆਂਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਆ ਉਹ ਨਾਲ ਨਹੀਂ। ਸੋ ਇਹ ਸੀਗੀ ਹੁਣ ਤੱਕ ਦੀ ਅਪਡੇਟ ਫਤਿਹਵੀਰ ਨੂੰ ਲੈ ਕੇ। ਜਲਦੀ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ। ਇਸ ਵੀਡੀਓ ਨੂੰ ਸਾਂਝੀ ਕਰੋ ਤਾਂ ਕਿ ਬਾਕੀ ਲੋਕ ਵੀ ਜਾਣ ਸਕਣ। ਧੰਨਵਾਦ।